प्यारे विद्यार्थियों सबसे पहला आप सब नु मेरे वलो प्यार भरे सत श्री अकाल आज असी 8थ क्लास दा जेड़ा 12 नवंबर 2020 नु मैथ दा ਪੈਸ ਦਾ ਟੈਸਟ ਹੋਇਆ ਉਸ ਦਾ ਸੋਲੂਸ਼ਨ ਦੇਖਾਂਗੇ ਦੇਖਾਂਗੇ ਉਸ ਦੇ ਵਿੱਚ ਜਿਹੜੇ ਕੁਐਸਚਨਸ ਆਏ ਸੀ ਉਹਨਾਂ ਦਾ ਸਹੀ ਸੋਲੂਸ਼ਨ ਕਿਵੇਂ ਸੀ ਤੇ ਉਹ ਕਿਵੇਂ ਲੱਭਿਆ ਜਾ ਸਕਦਾ ਸੀ ਤਾਂ ਚਲੋ ਸ਼ੁਰੂ ਕਰਦੇ ਆ ਪਹਿਲਾ ਕੁਐਸਚਨ ਸੀ ਆਪਣੇ ਕੋਲ ਇਸ ਦੇ ਵਿੱਚ ਆਪਾਂ ਖਾਲੀ ਥਾਂ ਭਰਨੀ ਸੀ -19/29 ਨੂੰ ਕਿਹਦੇ ਨਾਲ ਗੁਣਾ ਕਰੀਏ ਕਿ ਆਪਾਂ ਨੂੰ 1 ਮਿਲੇ ਤੇ ਆਪਸ਼ਨਸ ਆਪਣੇ ਕੋਲ ਦਿੱਤੀਆਂ ਹੋਈਆਂ ਸੀ ਆਹੇ ਥਾਂ ਵਾਲੀਆਂ ਹੁਣ ਕਿਸੇ ਵੀ ਸੰਖਿਆ ਨੂੰ ਜੇਕਰ ਉਸ ਦੇ ਗੁਣਾਤਮਕ ਉਲਟ ਯਾਨੀ ਕਿ ਮਲਟੀਪਲੀਕੇਟਿਵ ਇਨਵਰਸ ਦੇ ਨਾਲ ਗੁਣਾ ਕੀਤੀ ਜਾਵੇ ਤਾਂ ਅਨਸਰ ਆਉਂਦਾ ਹੈ ਹਮੇਸ਼ਾ 1 ਤੇ ਦਿੱਤੀ ਸੰਖਿਆ -19/29 ਦਾ ਗੁਣਾਤਮਕ ਉਲਟ ਜੇਕਰ ਆਪਾਂ ਲਿਖਣਾ ਚਾਹੀਏ ਤਾਂ ਉਹ ਬਣੇਗਾ ਇਸ ਨੂੰ ਉਲਟਾ ਕੇ ਯਾਨੀ ਕਿ 29 -19 ਤੇ ਆ ਜਿਹੜਾ ਮਾਈਨਸ ਹੈ ਇਹਨੂੰ ਉੱਪਰ ਭੇਜ ਦਿੱਤਾ ਜਾਂਦਾ ਤਾਂ ਇਹਨੇ ਬਣ ਜਾਣਾ ਸੀ -29 19 ਸੋ -29 19 ਆਪਣਾ ਆਨਸਰ ਬਣਨਾ ਸੀ ਜੋ ਕਿ ਪਿਆ ਸੀ ਤੀਜੀ অপਸ਼ਨ ਦੇ ਵਿੱਚ ਸੋ ਤੀਜੀ অপਸ਼ਨ ਇਸ ਦੀ கரੈਕਟ অপਸ਼ਨ ਸੀ ਜੇ ਤੁਸੀਂ ਚੈੱਕ ਵੀ ਕਰਨਾ ਚਾਹੋ ਕਿ ਕੀ ਇਹ ਨਾ ਤੋਂ ਗੁਣਾ ਕਰਕੇ ਇੱਕ ਮਿਲਦਾ ਸੀ ਤਾਂ ਆਪਾਂ ਦੇਖ ਸਕਦੇ ਹਾਂ ਜੇਕਰ ਇਹਨੂੰ ਗੁਣਾ ਕਰੀਏ -29 19 ਦੇ ਨਾਲ a 19 ਨਾਲ 19 ਕੱਟਿਆ ਜਾਏਗਾ a 29 ਦੇ ਨਾਲ 29 ਕੱਟਿਆ ਜਾਏਗਾ ਇੱਥੇ ਵੀ 1 ਆ ਜਾਏਗਾ ਇੱਥੇ ਵੀ ਇੱਥੇ ਵੀ ਇੱਥੇ ਵੀ ਮਾਈਨਸ ਨਾਲ ਮਾਈਨਸ ਕੱਟਿਆ ਜਾਏਗਾ ਸੋ ਆਪਣੇ ਕੋਲ ਕੁਲ ਮਿਲਾ ਕੇ 1 ਬਚਿਆ ਸੋ 1 ਆ ਜਾਣਾ ਸੀ ਸਾਹਮਣੇ ਜੋ ਕਿ ਆਪਾਂ ਨੂੰ ਉਹਨਾਂ ਨੇ ਦਿੱਤਾ ਹੋਇਆ ਸੀ ਸੋ -29/19 ਇਸ ਦਾ ਸਹੀ ਆਨਸਰ ਸੀ ਦੂਜਾ ਕੁਐਸਚਨ ਸੀ ਕਿ 4 ਅਤੇ 8 ਦੇ ਵਿੱਚਕਾਰ ਇਹਨਾਂ ਦੇ ਵਿੱਚੋਂ ਕਿਹੜੀ ਪਰਮੇਯ ਸੰਖਿਆ ਹੁੰਦੀ ਹੈ ਹਾਂਜੀ 4 ਤੇ 8 ਦੇ ਵਿਚਕਾਰ ਇਹਨਾਂ ਦੇ ਵਿੱਚੋਂ ਜਿਹੜੀ 6 ਹੈ ਉਹ ਪਰਮੇਯ ਸੰਖਿਆ ਆਂਦੀ ਹੈ ਕਿਉਂਕਿ 4 ਤੋਂ 8 ਵੱਲ ਨੂੰ ਵਧਿਏ ਤਾਂ 6 ਉਹਨਾਂ ਦੇ ਵਿੱਚ ਆ ਜਾਂਦਾ ਹੈ ਸੋ ਇਸ ਦਾ ਤਾਂ ਆਨਸਰ ਬਹੁਤ ਈਜ਼ੀ ਸੀ ਲੱਪਣਾ ਸੋ ਬਹੁਤ ਈਜ਼ੀ ਕੁਐਸਚਨ ਸੀ ਇਹ ਤਾਂ ਤੁਹਾਡੇ ਲਈ ਅੱਗੇ ਤੀਜਾ ਕੁਐਸਚਨ ਸੀ ਕਿ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਕਿਹੜੀ ਸੰਖਿਆ ਜਿਹੜੀ 2 ਅਤੇ 3 ਦੋਵਾਂ ਦੇ ਨਾਲ ਭਾਜਯੋਗ ਹੈ ਯਾਨੀ ਕਿ ਦੋਨਾਂ ਦੇ ਨਾਲ ਭਾਗ ਹੁੰਦੀ ਹੈ ਸੋ ਕਿਉਂਕਿ ਦੋ ਤੇ ਭਾਗ ਹੁੰਦੀ ਹੈ ਇਸ ਲਈ ਕੋਈ ਨਾ ਕੋਈ ਜਿਸਤ ਸੰਖਿਆ ਹੋਣੀ ਚਾਹੀਦੀ ਸੀ ਸੋ 20 ਅਤੇ 24 ਰਹਿ ਗਈਆਂ ਆਪਣੇ ਕੋਲ ਆਪਸ਼ਨਸ ਕਿਉਂਕਿ ਨਾ 21 ਹੋ ਸਕਦੀ ਹੈ ਨਾ 15 ਕਿਉਂਕਿ ਇਹ ਦੋਨੋਂ ਹੀ ਜਿਸਤ ਨਹੀਂ ਨੇ ਸੋ ਇਹ ਦੋ ਤੇ ਵੰਡਣੀ ਹੋ ਸਕਦੀਆਂ ਫਿਰ ਆਪਣੇ ਕੋਲ 20 ਤੇ 24 ਦੇ ਵਿੱਚੋਂ ਆਪਾਂ ਦੇਖਣਾ ਸੀ ਕਿ ਜਿਹੜੀ ਤਿੰਨ ਤੇ ਭਾਗ ਹੁੰਦੀ ਹੈ ਉਹ ਆਪਣਾ ਆਨਸਰ ਬਣ ਜਾਣਾ ਸੀ ਸੋ ਇਹਨਾਂ ਦੇ ਵਿੱਚੋਂ 24 ਹੈ ਜਿਹੜਾ ਉਹ ਤਿੰਨ ਦੇ ਪਹਾੜੇ ਤੇ ਆਉਂਦਾ ਹੈ 8 3 24 ਪਰ 20 ਤਿੰਨ ਦੇ ਪਹਾੜੇ 'ਚ ਨਹੀਂ ਆਉਂਦਾ ਸੋ ਇਹ ਵੀ ਰਿਜੈਕਟ ਹੋ ਜਾਣੀ ਸੀ 124 ਆਪਣੇ ਕੋਲ ਖਰਚ ਬਚ ਜਾਣੀ ਸੀ ਜਿਹੜੀ 2 ਦੇ ਪਹਾੜੇ ਚ ਆਉਂਦੀ ਹੈ ਤੇ 3 ਦੇ ਪਹਾੜੇ ਚ ਆਉਂਦੀ ਹੈ ਯਾ ਇਹ ਕਹ ਲਈਏ ਕਿ 2 ਤੇ ਵੀ ਵੰਡ ਹੁੰਦੀ ਹੈ ਤੇ 3 ਤੇ ਵੀ ਵੰਡ ਹੁੰਦੀ ਹੈ 124 ਯਾਨੀ ਕਿ ਚੌਥੀ ਆਪਸ਼ਨ ਸੀ ਜਿਹੜੀ ਉਹ கரੈਕਟ ਆਪਸ਼ਨ ਸੀ 3rd ਕੁਐਸਚਨ ਦੇ ਲਈ ਅੱਗੇ 4th ਕੁਐਸਚਨ ਸੀ ਕਿ ਆਪਾਂ a ਦਾ ਮੁੱਲ ਲੱਭਣਾ ਸੀ ਇਸ ਕੁਐਸਚਨ ਦੇ ਵਿੱਚੋਂ ओके okay, ए दी वैल्यू 3 5 7 ਜਾਂ 9 ਚੋਂ ਆਪਾਂ ਕਿਹੜੀ ਭਰ ਸਕਦੇ ਸੀ ਆਪਣੇ ਕੋਲ ਇੱਥੇ ਆ ਰਿਹਾ 2 ਇਸ ਦਾ ਰੱਖਣਾ ਸੀ ਧਿਆਨ ਹੁਣ ਇੱਥੇ ਜੇਕਰ ਆਪਾਂ ए ਦੀ वैल्यू 3 ਸਮਝੀਏ 3 ਲਈਏ 3 ਤੇ 5 ਤਾਂ ਹੁੰਦੇ ਨੇ 8 ਸੋ ਉੱਥੋਂ ਆਪਾਂ ਨੂੰ 2 ਤਾਂ ਮਿਲ ਹੀ ਨਹੀਂ ਸੀ ਸਕਦਾ ਸੋ ਇਟ ਮੀਨਸ 3 ਨਹੀਂ ਸੀ ਹੋ ਸਕਦਾ ਇਸ ਦਾ ਆਨਸਰ 3 ਨਹੀਂ ਲੈ ਸਕਦੇ ਆਪਾਂ ਆਨਸਰ ਅੱਗੇ 5 ਬਾਰੇ ਸੋਚੀਏ ਜੇਕਰ ਮੈਂ ए ਦੀ ਜਗ੍ਹਾ ਤੇ 5 ਲਵਾਂ 5 ਤੇ 5 10 ਤਾਂ ਪਿੱਛੇ ਮਿਲੇਗਾ 0 ਪਰ ਆਪਣੇ ਕੋਲ ਤਾਂ ਇੱਥੇ 2 ਹੈ ਉਹਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਸੋ 5 ਵੀ ਆਪਣਾ ਆਨਸਰ ਨਹੀਂ ਹੋ ਸਕਦਾ ਸੀ ਸੋ 5 ਵੀ ਹੋ ਗਿਆ ਰਿਜੈਕਟ ਉਸ ਤੋਂ ਬਾਅਦ ਅਗਲੀ ਸੀ ਵਾਰੀ 7 ਦੀ ਹੁਣ ਜੇਕਰ ਆਪਾਂ A ਦੀ ਜਗ੍ਹਾ ਤੇ 7 ਲਈਏ 7 ਤੇ 5 12 ਪਿੱਛੇ ਦੋ ਆ ਰਹੇ ਹੈ ਬਿਲਕੁਲ ਠੀਕ ਹੈ ਫਿਰ ਹਾਸਲ ਆ ਜਾਣਾ ਸੀ 1 3 ਤੇ 1 4 ਤੇ 2 6 ਸੋ 7 ਦੇ ਨਾਲ ਇਹ ਬਿਲਕੁਲ ਠੀਕ ਹੋਣਾ ਸੀ ਸੋ ਇਟ ਮੀਨਸ 7 ਇਸ ਦੇ ਲਈ ਸਹੀ ਆਨਸਰ ਸੀ ਅੱਗੇ 5ਵਾਂ ਕੁਐਸਚਨ ਸੀ ਆਪਾਂ ਨੂੰ ਚਿੱਤਰ ਦਿੱਤਾ ਹੋਇਆ ਸੀ ਇਹਦੇ ਵਿੱਚ x ਦੀ ਵੈਲਿਊ ਆਪਾਂ ਲੱਭਣੀ ਸੀ ਓਕੇ ਆਪਾਂ ਦੇਖ ਸਕਦੇ ਹਾਂ ਇਹ ਇੱਕ ਚਤਰਪੋਜ ਸੀ ਤੇ ਚਤਰਪੋਜ ਦੇ ਜਿਹੜੇ ਇਹ ਕੋਣ ਦਿੱਤੇ ਹੋਏ ਸੀ ਇਹਨਾਂ ਚਾਰਾਂ ਦਾ ਜੋੜ ਹੋਏਗਾ 360 ਡਿਗਰੀ ਕਿਉਂਕਿ ਚਤਰਪੋਜ ਦੇ ਚਾਰੋਂ ਕੋਣਾਂ ਦਾ ਜੋੜ 360 ਡਿਗਰੀ ਦੇ ਬਰਾਬਰ ਹੁੰਦਾ ਹੈ ਸੋ ਆਪਾਂ ਕੀ ਕਰਨਾ ਸੀ ਚਾਰਾਂ ਕੋਣਾਂ ਨੂੰ ਜੋੜ ਲੈਣਾ ਸੀ x 120 x 30 ਡਿਗਰੀ 50 ਡਿਗਰੀ बराबर ਆ ਜਾਣਾ ਸੀ 360 ਡਿਗਰੀ ਦੇ ਸੋ ਇਸ ਤੋਂ ਬਾਅਦ x 120 ਤੇ 130 ਆ 100 ਤੇ 220 ਤੇ 350 250 ਤੇ 50 300 ਡਿਗਰੀ ਬਣ ਜਾਣਾ ਸੀ ਇਹਨਾਂ ਦਾ ਜੋੜ ਤੇ ਸਾਹਮਣੇ ਆ ਜਾਣਾ ਸੀ 360 ਡਿਗਰੀ ਆ 300 ਨੇ ਜਾ ਕੇ ਉਧਰ ਘਟ ਜਾਣਾ ਸੀ ਸੋ x ਆ ਜਾਣਾ ਸੀ ਆਪਣੇ ਕੋਲ 360 ਡਿਗਰੀ 300 ਕਟਾ ਕੇ ਆ ਜਾਣਾ ਸੀ 60 ਡਿਗਰੀ x ਦਾ ਮੁੱਲ ਜੋ ਕਿ ਬਿਆਸੀ ਦੂਜੀ ਆਪਸ਼ਨ ਦੇ ਵਿੱਚ ਸੋ ਦੂਜੀ ਆਪਸ਼ਨ ਇਸ ਦੀ ਕਰੈਕਟ ਆਪਸ਼ਨ ਸੀ ਅੱਗੇ ਗੱਲ ਕਰੀਏ 6ਵੇਂ ਕੁਐਸਚਨ ਦੀ ਤਾਂ ਉਹ ਸੀ ਕਿ 12 ਤੇ 13 ਦੇ ਵਰਗਾਂ ਦੇ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਹਨ ਹਾਂਜੀ ਜਦੋਂ ਇਸ ਤਰ੍ਹਾਂ ਆਪਣੇ ਕੋਲ ਕੁਐਸਚਨ ਆ ਜਾਵੇ ਦੋ ਲਗਾਤਾਰ ਸੰਖਿਆਵਾਂ ਦਿੱਤੀਆਂ ਹੋਣ ਤੇ ਪੁੱਛਿਆ ਹੋਵੇ ਉਨ੍ਹਾਂ ਦੇ ਵਰਗਾਂ ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹੋਣਗੀਆਂ ਤਾਂ ਉਹਨਾਂ ਚੋਂ ਜਿਹੜੀ ਪਹਿਲੀ ਸੰਖਿਆ ਹੁੰਦੀ ਹੈ ਆਹ ਵਾਲੀ ਜਿਵੇਂ ਇਸ ਕੇਸ ਦੇ ਵਿੱਚ ਉਹਨੂੰ ਦੋ ਨਾਲ ਗੁਣਾ ਕਰ ਦੇਣੀ ਹੁੰਦੀ ਹੈ ਬਸ 2 12 24 ਸੋ ਆਪਣਾ ਆਨਸਰ ਬਣਨਾ ਸੀ 24 ਸੋ ਇਸ ਤਰ੍ਹਾਂ ਦਾ ਕਦੇ ਵੀ ਕੁਐਸਚਨ ਆਂਦਾ ਹੈ ਤਾਂ ਦੋ ਲਗਾਤਾਰ ਸੰਖਿਆਵਾਂ ਦੇ ਵਰਗਾਂ ਦੇ ਵਿਚਕਾਰ ਸੰਖਿਆਵਾਂ ਦੀ ਗਿਣਤੀ ਪੁੱਛੀ ਹੋਵੇ ਤਾਂ ਪਹਿਲੀ ਸੰਖਿਆ ਨੂੰ ਦੋ ਨਾਲ ਗੁਣਾ ਕਰ ਦਿਓ ਤਾਂ ਉੱਥੋਂ ਆਪਣੇ ਕੋਲ ਆਨਸਰ ਆ ਜਾਣਾ ਸੀ 24 ਸੋ ਪਹਿਲੀ ਆਪਸ਼ਨ ਇਜ਼ ਦੀ ਕਰੈਕਟ ਆਪਸ਼ਨ ਸੀ ਅੱਗੇ ਆ ਜਾਂਦਾ ਹੈ ਆਪਣੇ ਕੋਲ ਸੱਤਵਾਂ ਸਵਾਲ ਜੇਕਰ ਇੱਕ ਆਇਤਾਕਾਰ ਮਾਰਬਲ ਦੇ ਟੁਕੜੇ ਦੀ ਲੰਬਾਈ ਲੰਬਾਈ ਦਿੱਤੀ ਹੋਈ ਸੀ 3x ਇਕਾਈਆਂ ਤੇ ਉਸੇ ਟੁਕੜੇ ਦੀ ਚੌੜਾਈ ਦਿੱਤੀ ਹੋਈ ਸੀ 5y ਇਕਾਈਆਂ ਤਾਂ ਖੇਤਰਫਲ ਪੁੱਛਿਆ ਹੋਇਆ ਸੀ ਉਹਨਾਂ ਨੇ ਆਪਾਂ ਨੂੰ ਪਤਾ ਹੈ ਕਿਉਂਕਿ ਆਇਤ ਦੀ ਗੱਲ ਹੋ ਰਹੀ ਹੈ ਤੇ ਆਇਤ ਦਾ ਖੇਤਰਫਲ ਹੁੰਦਾ ਹੈ ਆਪਣੇ ਕੋਲ ਲੰਬਾਈ ਗੁਣਾ ਚੌੜਾਈ ਤੇ ਲੰਬਾਈ ਸੀ ਆਪਣੇ ਕੋਲ 3x ਉਦੀ ਗੁਣਾ ਕਰਨੀ ਸੀ ਆਪਾਂ ਚੌੜਾਈ ਯਾਨੀ ਕਿ 5y ਦੇ ਨਾਲ ਸੋ ਜਿਹੜੇ ਇਹ ਅੰਕ ਨੇ 3 ਤੇ 5 ਇਹਨਾਂ ਦੀ ਆਪਸ ਚ ਗੁਣਾ ਹੋ ਜਾਣੀ ਸੀ 3 5 ਹੋ ਜਾਣਾ ਸੀ 15 ਨਾਲ ਆਹ x ਤੇ y ਦੀ ਗੁਣਾ xy ਸੋ 15xy ਆਨਸਰ ਬਣਨਾ ਸੀ ਆਪਣਾ ਜੋ ਕਿ ਪਿਆ ਸੀ ਦੂਜੀ অপਸ਼ਨ ਦੇ ਵਿੱਚ ਤਾਂ ਦੂਜੀ অপਸ਼ਨ ਇਸ ਦੀ கரੈਕਟ অপਸ਼ਨ ਸੀ ਅੱਗੇ 8ਵਾਂ ਕੁਐਸਚਨ ਇਹ ਕੁਐਸਚਨ ਤਾਂ ਬਿਲਕੁਲ ਸੈਂਪਲ ਪੇਪਰ ਦੇ ਵਿੱਚੋਂ ਹੀ ਚੱਕ ਕੇ ਪਾ ਦਿੱਤਾ ਹੈ ਉਹਨਾਂ ਨੇ ਬਸ ਫਰਕ ਕੀ ਹੈ ਉਹਦੇ ਵਿੱਚ ਕੱਲੀ y ਦੀ ਵੈਲਿਊ ਕੱਢਣੀ ਪੁੱਛੀ ਹੋਈ ਸੀ ਇਹਦੇ ਵਿੱਚ x ਦੀ ਵੀ ਵੈਲਿਊ ਬਾਰੇ ਪੁੱਛਿਆ ਹੋਇਆ ਉਹਨਾਂ ਨੇ ਆਪਾਂ ਉਸ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜੇਕਰ ਸਵਾਲ ਦੇ ਵਿੱਚ x ਦੀ ਵੈਲਿਊ ਕੱਢਣੀ ਵੀ ਆ ਜਾਵੇ ਤਾਂ ਕਿਵੇਂ ਕੱਢਣੀ ਹੈ ਸੋ ਆਪਾਂ ਇਹਦੇ ਵਿੱਚੋਂ ਦੇਖ ਸਕਦੇ ਸੀ ਕਿ x ਦੀ ਵੈਲਿਊ ਕੱਢਣ ਦੇ ਲਈ ਇਹਨਾਂ ਦੋਨਾਂ ਨੂੰ ਆਪਸ ਇਕੁਅਲ ਕਰ ਦੇਣਾ ਸੀ ਆਪਾਂ 3x 18 ਕਰਕੇ x ਹੋ ਜਾਣਾ ਸੀ 18/3 ਕਿਉਂਕਿ ਇੱਥੇ ਤੇ x ਨੂੰ ਗੁਣਾ ਕਰ ਰਿਹਾ ਉਧਰ ਜਾ ਕੇ ਨੇ ਭਾਗ ਕਰਨਾ ਸੀ 3 ਦੇ ਪਹਾੜੇ 'ਚ 18 ਕੱਟ ਕੇ ਮਿਲ ਜਾਣਾ ਸੀ 6 ਸੋ x ਆ ਜਾਣਾ ਸੀ ਆਪਣੇ ਕੋਲ 6 ਤੇ x 6 ਸਿਰਫ ਇੱਕੋ ਹੀ ਆਪਸ਼ਨ 'ਚ ਪਿਆ ਸੀ ਸੋ ਚੁੱਪ ਕਰਕੇ ਤੁਸੀਂ ਆ ਆਪਸ਼ਨ ਟਿਕ ਕਰ ਦੇਣੀ ਸੀ ਸੋ ਤੀਜੀ ਆਪਸ਼ਨ ਇਸਦੀ கரੈਕਟ ਆਪਸ਼ਨ ਹੋ ਜਾਣੀ ਸੀ ਹਾ ਜੇਕਰ ਤੁਸੀਂ y ਦੀ ਵੈਲਿਊ ਕੱਢਣੀ ਵੀ ਚਾਹੋ ਤਾਂ 26 ਤੇ ਇਹਨੂੰ ਇਕੁਅਲ ਰੱਖ ਸਕਦੇ ਸੀ ਜੋ ਕਿ ਆਪਾਂ ਸੈਂਪਲ ਪੇਪਰ ਦੀ ਵੀਡੀਓ 'ਚ ਕੀਤਾ ਸੀ ਸੋ 3y -1 26 ਆ 1 ਨੇ ਇੱਧਰ ਆ ਕੇ ਜੁੜ ਜਾਣਾ ਸੀ ਤਾਂ 3y ਆ 26 ਤੇ 1 ਬਣ ਜਾਣੇ ਸੀ 27 ਫਿਰ ਆ ਫਿਰ y ਆ ਜਾਣਾ ਸੀਗਾ 27 3 ਕਟਿੰਗ ਕਰਕੇ 9 ਸੋ y 9 ਤੇ x 6 ਇਸੇ অপਸ਼ਨ ਚ ਪਏ ਸੀ ਤਾਂ ਇਹ অপਸ਼ਨ ਸਹੀ অপਸ਼ਨ ਸੀ ਅੱਗੇ ਨੋਵਾਂ ਕੁਐਸਚਨ ਸੀ ਜਿਹਦੇ ਵਿੱਚ ਆਪਾਂ ਪਤਾ ਲਗਾਣਾ ਸੀ 6x ਦੀ 2 -2x ਦੀ ਗੁਣਾ ਜਦੋਂ 3x ਦੀ 3 ਨਾਲ ਕਰੀਏ ਤਾਂ ਕਿੰਨਾ ਆਨਸਰ ਆਏਗਾ ਓਕੇ ਇੱਥੇ ਆਪਾਂ x ਦੀ ਪਾਵਰ ਲਿਖ ਲੈਂਦੇ ਹਾਂ ਖੁਦ ਕੋਲੋਂ 1 ਪਹਿਲਾਂ ਤਾਂ ਦੇਖੀਏ ਤਿੰਨਾਂ ਚੋਂ ਇੱਕ ਮਾਈਨਸ ਦੀ ਹੈ ਸੋ ਆਨਸਰ ਦੇ ਵਿੱਚ ਮਾਈਨਸ ਆਣਾ ਸੀ ਪੱਕਾ ਤੇ ਫਿਰ ਅੰਕਾਂ ਦੀ ਗੁਣਾ ਕਰੀਏ 6 ਦੀ ਆ 2 ਦੇ ਨਾਲ 6 ਦੁਣੀ 12 ਫਿਰ 12 ਦੀ ਉਸ 3 ਦੇ ਨਾਲ 12 ਓਤੀਆ 36 ਸੋ 36 ਆ ਜਾਣਾ ਸੀ ਨਾਲ ਆਹ x ਦੀ 2 ਇੱਥੇ ਇੱਕ ਇੱਥੇ ਤੇ 3 ਇੱਥੇ ਨਾਲ x ਦੀਆਂ ਜਿਹੜੀਆਂ ਘਾਤਾਂ ਜੁੜ ਜਾਣੀਆਂ ਸੀ 2 1 3 ਤਾਂ ਇਹ ਬਣ ਜਾਣਾ ਸੀ -36x ਦੀ ਪਾਵਰ 2 1 3 ਤੇ 3 6 ਸੋ ਆਹ ਬਣਨਾ ਸੀ ਆਪਣਾ ਆਨਸਰ -36x ਦੀ ਪਾਵਰ 6 ਦੇਖਦੇ ਆਂ ਇਹ ਕਿੱਥੇ ਪਿਆ ਸੀ -36x ਦੀ ਪਾਵਰ 6 ਸੋ ਇਹ ਚੌਥੀ অপਸ਼ਨ ਦੇ ਵਿੱਚ ਪਿਆ ਸੀ ਜਿਹਦੇ ਵਿੱਚ ਮਾਈਨਸ ਵੀ ਸੀ ਤੀਜੀ অপਸ਼ਨ 'ਚ ਮਾਈਨਸ ਨਹੀਂ ਸੀਗਾ ਹਾਲਾਂਕਿ 36x ਦੀ 6 ਪਿਆ ਸੀ ਪਰ ਆਪਣਾ ਤਾਂ ਆਨਸਰ ਦੇ ਵਿੱਚ ਮਾਈਨਸ ਵੀ ਆਂਦਾ ਹੈ ਸੋ ਚੌਥੀ অপਸ਼ਨ ਬਿਲਕੁਲ ਸਹੀ অপਸ਼ਨ ਸੀ ਇਸ ਦੇ ਲਈ ਸੋ ਚੌਥੀ অপਸ਼ਨ ਨੂੰ ਤੁਸੀਂ ਕਰਨਾ ਸੀ ਟਿੱਕ ਅੱਗੇ ਆੰਦਿਆਂ 10ਵੇਂ ਕੁਐਸਚਨ ਤੇ ਜਿਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਬਿੰਦੂ A ਜਿਹੜਾ ਕਿ ਗ੍ਰਾਫ ਦੇ ਵਿੱਚ ਇੱਥੇ ਸਥਿਤ ਹੈ ਇਸ ਦੇ ਨਿਰਦੇਸ਼ ਅੰਕ ਪੁੱਛੇ ਸੀ ਹਾਂਜੀ ਜਦੋਂ ਵੀ ਕੋਈ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰਨੇ ਹੋਣ ਤਾਂ ਆਪਾਂ ਉਸ ਬਿੰਦੂ ਤੋਂ ਸੇਧ ਲੈ ਕੇ ਪਹਿਲਾਂ x ਧੁਰੇ ਤੇ ਪਹੁੰਚਾਂਗੇ। ਹਾਂਜੀ ਆਪਾਂ ਇੱਥੇ ਪਹੁੰਚ ਜਾਣਾ ਸੀ ਕਿਉਂਕਿ x ਧੁਰਾ ਆ ਹੈ ਕਿਉਂਕਿ ਜਦੋਂ ਵੀ ਆਪਾਂ ਕਿਸੇ ਬਿੰਦੂ ਦੇ ਨਿਰਦੇਸ਼ ਅੰਕ ਲਿਖਦੇ ਹਾਂ ਤਾਂ ਉਹ ਲਿਖਦੇ ਹਾਂ x, y ਯਾਨੀ ਕਿ ਪਹਿਲਾਂ x ਧੁਰੇ ਤੇ ਉਹਦੀ ਸੇਧ ਲੈ ਕੇ ਜੋ ਬਿੰਦੂ ਮਿਲੇਗਾ ਆਪਾਂ ਉੱਥੇ ਪਹੁੰਚਣਾ ਉਹਨੂੰ ਪਹਿਲਾਂ ਲਿਖਣਾ ਹੈ ਸੋ ਆ ਜਾਣਾ ਸੀ 4, p(7) ਬਿੰਦੂ ਤੋਂ ਆਪਾਂ ਮੂਵ ਕਰਨਾ ਸੀ y ਤੁਰੇ ਵੱਲ ਨੂੰ ਉੱਥੇ ਆਪਾਂ ਪਹੁੰਚ ਜਾਣਾ ਸੀ 5 ਤੇ ਤਾਂ y ਵਾਲੀ ਵੈਲਿਊ ਆਂਦੀ ਹੁੰਦੀ ਹੈ ਪਿੱਛੇ ਸੋ ਇੱਥੇ ਆ ਜਾਣਾ ਸੀ 5 ਇਹਨੂੰ ਬ੍ਰੈਕਟ ਚ ਰੱਖਣਾ ਸੀ ਤੇ ਇਹੀ ਬਣਨਾ ਸੀ ਆਨਸਰ ਇਸ ਕੁਐਸਚਨ ਦੇ ਲਈ 4, 5 ਸੋ ਚੌਥੀ ਆਪਸ਼ਨ ਇਜ਼ ਦੀ ਸਹੀ ਆਪਸ਼ਨ ਸੀ ਹਾਂ ਜੇਕਰ ਕਿਸ ਨੇ 5 4 ਲਿਖਿਆ ਉਹ ਸਹੀ ਨਹੀਂ ਹੋਏਗੀ ਕਿਉਂਕਿ ਪਹਿਲਾਂ x ਵਾਲਾ ਪਾਰਟ ਆਂਦਾ ਹੁੰਦਾ ਹੈ ਫਿਰ y ਵਾਲਾ ਸੋ ਪਹਿਲਾਂ x ਵਾਲਾ ਲਿਖਣਾ ਸੀ 4 ਤੇ ਪਿੱਛੇ ਹੀ ਪੰਜ ਜਾਣਾ ਸੀ ਇਹਨਾਂ ਦੀ ਤੁਸੀਂ ਜਗ੍ਹਾ ਨਹੀਂ ਬਦਲ ਸਕਦੇ ਆਪਸ ਦੇ ਵਿੱਚ ਸੋ 4 5 ਇਸ ਦਾ ਆਨਸਰ ਸੀ ਅੱਗੇ ਆਈਏ 11ਵਾਂ ਕੁਐਸਚਨ ਤੇ ਸੰਭਾਵਨਾ ਦਾ ਕੁਐਸਚਨ ਸੀ ਆਪਣੇ ਕੋਲ ਇਹ ਇਸ ਤਰ੍ਹਾਂ ਦਾ ਕੁਐਸਚਨ ਸੈਂਪਲ ਪੇਪਰ ਦੇ ਵਿੱਚ ਵੀ ਸੀ ਓਕੇ ਇਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਲਾਲ ਸੇਬ ਪ੍ਰਾਪਤ ਕਰਨ ਦੀ ਸੰਭਾਵਨਾ ਆਪਾਂ ਪਤਾ ਕਰਨੀ ਸੀ ਲਾਲ ਸੇਬ ਜਿਨ੍ਹਾਂ ਉੱਤੇ R ਲਿਖਿਆ ਹੋਇਆ ਰੈੱਡ ਯਾਨੀ ਕਿ ਕਿੰਨੇ ਨੇ ਉਹ 1 2 3 4 ਸੋ 4 ਆਣਾ ਸੀ ਉੱਤੇ ਆਪਣੇ ਕੋਲ बटे ਕੁੱਲ ਕਿੰਨੇ ਨੇ 1 2 3 4 5 6 7 ਸੋ 4/7 ਬਣਨਾ ਸੀ ਇਸ ਦਾ ਆਨਸਰ ਜੋ ਕਿ ਪਿਆਸੀ ਦੂਜੀ অপਸ਼ਨ ਦੇ ਵਿੱਚ ਸੋ ਦੂਜੀ অপਸ਼ਨ கரੈਕਟ অপਸ਼ਨ ਸੀ ਅੱਗੇ 12ਵਾਂ ਕੁਐਸਚਨ ਸੀ ਕਿ ਪੰਜ ਪੁਜੀ ਬਹੁਪੁਜ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਓਕੇ ਇਸ ਦੇ ਲਈ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਕਿ ਜਦੋਂ ਵੀ ਕੋਈ বহুপوج ਦਿੱਤਾ ਹੋਵੇ ਚਾਹੇ ਉਹ ਪੰਜ ਪੁਜੀ ਹੋਵੇ ਚਾਹੇ ਹੋਵੇ ਸੱਤ ਪੁਜੀ ਚਾਹੇ ਹੋਵੇ ਤਿੰਨ ਪੁਜੀ ਚਾਹੇ ਹੋਵੇ ਚਤਰਪੁਜ ਉਸਦੇ ਬਾਹਰੀ ਕੋਣਾਂ ਦਾ ਜੋੜ ਹਮੇਸ਼ਾ 360 ਡਿਗਰੀ ਹੁੰਦਾ ਜੇਕਰ ਪੁਜਾਵਾਂ ਵਧਦੀਆਂ ਨੇ ਜਾਂ ਘਟਦੀਆਂ ਨੇ ਇਹਦੇ ਨਾਲ ਬਾਹਰੀ ਕੋਣਾਂ ਦੇ ਜੋੜ ਤੇ ਕੋਈ ਫਰਕ ਨਹੀਂ ਪੈਂਦਾ ਉਹ ਹਮੇਸ਼ਾ ਹੀ 360 ਡਿਗਰੀ ਹੁੰਦਾ ਸੋ ਇਸ ਦਾ ਆਨਸਰ ਬਣਨਾ ਸੀ 360 ਡਿਗਰੀ ਜੋ ਕਿ 85 ਦੂਜੀ অপਸ਼ਨ ਦੇ ਵਿੱਚ ਅੱਗੇ ਆੰਦਿਆਂ 13ਵੇਂ ਕੁਐਸਚਨ ਤੇ 13ਵਾਂ ਕੁਐਸਚਨ ਸੀ 5 ਸਾਲ ਪਹਿਲਾਂ ਰਾਜੂ ਦੀ ਉਮਰ ਕਿੰਨੀ ਸੀ ਜੇਕਰ ਉਸ ਦੀ ਹੁਣ ਦੀ ਵਰਤਮਾਨ ਯਾਨੀ ਕਿ ਹੁਣ ਦੀ ਉਮਰ x ਸਾਲ ਹੈ ਹਾਂਜੀ ਜੇਕਰ ਤੁਸੀਂ ਇਸੇ ਕੁਐਸਚਨ ਨੂੰ ਆਪਣੀ ਏਜ ਦੇ ਉੱਤੇ ਸੋਚਦੇ ਕਿ ਹੁਣ ਜਿੰਨੀ ਤੁਹਾਡੀ ਉਮਰ ਹੈ 5 ਸਾਲ ਪਹਿਲਾਂ ਕਿੰਨੀ ਉਮਰ ਸੀ ਤਾਂ ਓਬਵੀਅਸਲੀ ਤੁਸੀਂ ਆਪਣੀ 5 ਸਾਲ ਦੀ ਪਹਿਲਾਂ ਦੀ ਉਮਰ ਕੱਢਣ ਦੇ ਲਈ ਹੁਣ ਦੀ ਉਮਰ ਦੇ ਵਿੱਚੋਂ 5 ਨੂੰ ਘਟਾਓਗੇ ਉਸੇ ਤਰ੍ਹਾਂ ਰਾਜੂ ਦੀ ਉਮਰ ਦਾ ਵੀ ਹੋਣਾ ਸੀ ਕਿ ਹੁਣ ਦੀ ਉਹਦੀ ਉਮਰ x ਹੈ ਤੇ ਉਸ ਦੀ 5 ਸਾਲ ਪਹਿਲਾਂ ਦੀ ਉਮਰ ਪਤਾ ਕਰਨ ਲਈ ਉਹਦੇ ਵਿੱਚੋਂ 5 ਨੂੰ ਘਟਾਇਆ ਜਾਣਾ ਸੀ ਸੋ x 5 ਬਣਨਾ ਸੀ ਇਸ ਦਾ ਆਨਸਰ ਜੋ ਕਿ ਪਿਆਸੀ ਦੂਜੀ অপਸ਼ਨ ਦੇ ਵਿੱਚ ਅੱਗੇ ਆਨਿਆ 14ਵਾਂ ਕੁਐਸਚਨ ਤੇ ਜੋ ਕਿ ਸੀ 4x 2x 18 ਦਿੱਤਾ ਹੋਇਆ ਸੀ ਆਪਾਂ ਨੂੰ ਇਹ ਸਮੀਕਰਨ ਸੀ ਇਕੁਏਸ਼ਨ ਸੀ ਇਹਦੇ ਵਿੱਚੋਂ x ਦੀ ਵੈਲਿਊ ਆਪਾਂ ਲੱਭਣੀ ਸੀ ਓਕੇ ਆਪਣੇ ਕੋਲ ਹੈ 4x 2x 18 ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇੱਧਰ ਵੀ ਵੇਰੀਏਬਲ ਵਾਲੀ ਟਰਮ ਹੈ ਇੱਧਰ ਵੀ ਵੇਰੀਏਬਲ ਵਾਲੀ ਟਰਮ ਹੈ ਯਾਨੀ ਕਿ ਚੱਲ ਪਿਆ ਦੋਨੇ ਪਾਸੇ ਇਹਦੇ ਵਿੱਚੋਂ ਇਹਨੂੰ ਆਪਾਂ ਉਧਰ ਲਿਜਾ ਸਕਦੇ ਸੀ ਤਾਂ ਆਪਣੇ ਕੋਲ ਆ ਜਾਣਾ ਸੀ 4x ਇੱਧਰ ਇਹ 2x ਹੋ ਰਿਹਾ ਉਧਰ ਜਾ ਕੇ ਹੋ ਜਾਣਾ ਸੀ ਇਹਨੇ ਤੇ ਇੱਧਰ ਰਹਿ ਜਾਣਾ ਸੀ 18 ਨੇ ਇਕੱਲੇ ਤਾਂ ਘਟਾ ਕੇ ਆ ਜਾਣਾ ਸੀ 2x ਦੂਜੇ ਪਾਸੇ 18 ਤਾਂ ਇਥੋਂ x a 2x ਦੇ ਨਾਲ ਹੋ ਰਿਹਾ ਗੁਣਾ ਇਹਨੇ 18 ਨੂੰ ਆ ਕੇ ਕਰਨਾ ਸੀ ਭਾਗ ਭਾਗ ਯਾਨੀ बटे 'ਚ 2 ਦੇ ਪਹਾੜੇ 'ਚ 18 ਘੱਟ ਹੋਣਾ ਸੀ 9 ਤੇ ਤਾਂ x ਆ ਜਾਣਾ ਸੀ 9 ਆਪਣੇ ਕੋਲ ਇਸ ਦਾ ਆਨਸਰ ਜੋ ਕਿ ਪਿਆ ਸੀ ਤੀਜੀ অপਸ਼ਨ ਦੇ ਵਿੱਚ ਤਾਂ ਤੀਜੀ অপਸ਼ਨ ਸਹੀ অপਸ਼ਨ ਸੀ ਅੱਗੇ ਆਇਆ ਇਹ 15ਵੇਂ ਕੁਐਸ਼ਨ ਤੇ ਤਾਂ ਕੁਐਸ਼ਨ ਸੀ ਸੰਪੂਜੀ ਬਹੁਪੁਜ ਦੇ ਹਰੇਕ ਬਾਹਰੀ ਕੋਣ ਦਾ ਮਾਪ 45 ਡਿਗਰੀ ਹੈ ਤਾਂ ਪੁਜਾਵਾਂ ਦੀ ਸੰਖਿਆ ਪਤਾ ਕਰੋ ਸੇਮ ਕੁਐਸਚਨ ਪਿਆ ਸੀ ਆਪਣੇ ਕੋਲ ਸੈਂਪਲ ਪੇਪਰ ਦੇ ਵਿੱਚ ਸੋ ਉਹ ਵੀਡੀਓ ਜਿਨ੍ਹਾਂ ਨੇ ਦੇਖੀ ਹੋਣੀ ਤਾਂ ਉਹਨਾਂ ਦਾ ਤਾਂ ਇਹ ਕੁਐਸਚਨ ਬਿਲਕੁਲ ਠੀਕ ਗਿਆ ਹੋਣਾ ਹਾਂਜੀ ਆਪਣੇ ਕੋਲ ਫਾਰਮੂਲਾ ਹੁੰਦਾ ਹੈ ਪੁਜਾਵਾਂ ਦੀ ਸੰਖਿਆ ਦਾ ਪੁਜਾਵਾਂ ਦੀ ਸੰਖਿਆ ਬਰਾਬਰ 360 ਡਿਗਰੀ बटे ਬਾਹਰੀ ਕੋਣ ਤੇ 360 ਡਿਗਰੀ बटे 12 ਕੋਣ ਦਿੱਤਾ ਹੋਇਆ ਸੀ 45 ਡਿਗਰੀ ਕਟਿੰਗ ਹੋਣੀ ਸੀ 8 ਤੇ ਸੋ ਆਪਣੇ ਕੋਲ 부ਜਾਵਾਂ ਦੀ ਸੰਖਿਆ ਆ ਜਾਣੀ ਸੀ 8 ਜੋਗੇ ਪਿਆ ਸੀ ਪਹਿਲੀ ਆਪਸ਼ਨ ਜੀ ਤਾਂ ਪਹਿਲੀ ਆਪਸ਼ਨ ਇਜ਼ ਦੀ ਸਹੀ ਆਪਸ਼ਨ ਸੀ ਅੱਗੇ 16ਵਾਂ ਕੁਐਸਚਨ ਸੀ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਇੱਕ ਪੂਰਨ ਘਾਣ ਸੰਖਿਆ ਹੈ ਯਾਨੀ ਇਹਨਾਂ ਚੋਂ ਕਿਹੜੀ ਸੰਖਿਆ ਹੈ ਸੀ ਜਿਹੜੀ ਕਿਸੇ ਸੰਖਿਆ ਦਾ ਘਾਣ ਕਰੇ ਤੇ ਆਪਾਂ ਨੂੰ ਮਿਲਦੀ ਹੈ ਜਿਹੜਾ 100 ਹੁੰਦਾ ਹੈ ਇਹ ਤਾਂ ਹੁੰਦਾ ਹੈ 10 ਦਾ ਵਰਗ 225 ਹੁੰਦਾ ਹੈ 15 ਦਾ ਵਰਗ ਤੇ 256 ਹੁੰਦਾ ਹੈ 16 ਦਾ ਵਰਗ ਤੇ ਇਹ ਹੁੰਦਾ ਆਪਣੇ ਕੋਲ 6 ਦਾ ਘਣ 100 216 ਇਸ ਦਾ ਸਹੀ ਆਨਸਰ ਸੀ ਜੋ ਕਿ ਪਿਆਸੀ ਤੀਜੀ অপਸ਼ਨ ਦੇ ਵਿੱਚ ਉਸ ਤੋਂ ਬਾਅਦ ਆੰਦੇ ਆ 17ਵੇਂ ਕੁਐਸਚਨ ਤੇ ਇਹਦੇ ਵਿੱਚ ਉਹਨਾਂ ਨੇ 3 ਦੀ ਪਾਵਰ -2 ਦਾ ਮੁੱਲ ਪੁੱਛਿਆ ਸੀ ਕਿ ਕਿੰਨਾ ਹੋਵੇਗਾ ਘਾਤ ਹੈ ਮਾਈਨਸ ਦੇ ਵਿੱਚ ਸੋ ਜਦੋਂ ਵੀ ਘਾਤ ਮਾਈਨਸ ਚ ਹੋਵੇ ਤਾਂ ਆਪਾਂ ਜਿਹੜੀ ਸੰਖਿਆ ਦੀ ਇਹ ਘਾਤ ਹੁੰਦੀ ਹੈ ਉਹਨੂੰ ਉਲਟਾ ਕੇ ਇਹਨੂੰ ਪਲੱਸ ਦੀ ਬਣਾ ਲੈਣਾ ਹੁੰਦਾ ਸੋ ਫਿਲਹਾਲ ਆਪਣੇ ਕੋਲ ਸੀ ਇੱਥੇ 3 ਜਿਹਨੂੰ ਲਿਖਿਆ ਜਾ ਸਕਦਾ ਹੈ 3/1 ਸੋ ਇਹਦੀ ਘਾਤ -2 ਤਾਂ ਇਹਨੂੰ ਆਪਾਂ ਐਵੇਂ ਸਮਝ ਸਕਦੇ ਸੀ ਕੋੜ ਇਹਨੂੰ ਉਲਟਾ ਦੇਣਾ ਸੀ ਇਹਨੇ ਬਣ ਜਾਣਾ ਸੀ 1/3 ਤੱਕਾਤ ਨੇ ਹੋ ਜਾਣਾ ਸੀ ਪਲੱਸ ਦੀ ਤਾਂ ਆ ਬਣ ਜਾਣਾ ਸੀ ਆਪਣੇ ਕੋਲ ਹੁਣ ਇਹਦੀ ਘਾਤ 2 ਹੈ ਦਾ ਮਤਲਬ ਆਪਾਂ 1/3 ਨੂੰ 1/3 ਦੇ ਨਾਲ ਗੁਣਾ ਕਰਨੀ ਸੀ ਯਾਨੀ 1/3 ਨੂੰ ਦੋ ਵਾਰ ਲਿਖ ਕੇ ਗੁਣਾ ਕਰ ਲੈਣੀ ਸੀ ਦੋ ਵਾਰ ਲਿਖ ਲਿਆ ਮੈਂ ਉੱਪਰ 1 1 1 ਥੱਲੇ 3 3 9 ਸੋ 1/9 ਇਸ ਦਾ ਬਣਨਾ ਸੀ ਆਨਸਰ ਜੋ ਕਿ ਪਿਆਸੀ ਦੂਜੀ অপਸ਼ਨ ਦੇ ਵਿੱਚ ਉਸ ਤੋਂ ਬਾਅਦ ਆ ਨਿਆ 18ਵਾਂ ਕੁਐਸਚਨ ਤੇ ਗ੍ਰਾਫ ਦਾ ਕੁਐਸਚਨ ਸੀ ਬਹੁਤ ਈਜ਼ੀ ਕੁਐਸਚਨ ਸੀ ਕੁਐਸਚਨ ਸੀ ਕਿ ਗ੍ਰਾਫ ਦੇ ਵਿੱਚ 20 ਤੋਂ ਜ਼ਿਆਦਾ ਤੇ 40 ਤੋਂ ਘੱਟ ਕਿਤਾਬਾਂ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਹੈ ਉਹ ਆਪਾਂ ਦੱਸਣੀ ਸੀ ਹੁਣ ਅਹਾਂ ਜੀ ਇੱਧਰ ਨੇ ਆਪਣੇ ਕੋਲ ਕਿਤਾਬਾਂ ਥੱਲੇ ਕਿਤਾਬਾਂ ਦੀ ਗਿਣਤੀ ਉੱਧਰ ਹੈ ਲੋਕਾਂ ਦੀ ਗਿਣਤੀ ਉੱਪਰ ਵੱਲ ਨੂੰ ਹੁਣ 20 ਤੋਂ ਵੱਧ ਤੇ 40 ਤੋਂ ਘੱਟ ਦੇਖਣਾ ਸੀ 20 ਕਿੱਥੇ ਹੈ 20 ਰਿਹਾ ਆਹਾਂ 20 ਤੋਂ ਵੱਧ ਇੱਧਰ ਵਾਲੇ ਤੇ ਉਹਨੇ ਕਿਹਾ 40 ਤੋਂ ਘੱਟ ਯਾਰੀ ਇੱਧਰ ਵਾਲੇ ਸੋ 20 ਤੋਂ ਵੱਧ ਤੇ 40 ਤੋਂ ਘੱਟ ਤਾਂ ਆਹੀ ਰਹਿ ਗਏ ਆਪਣੇ ਕੋਲ ਆਹੀ ਦੇਖਣੇ ਸੀ ਕਿ ਕਿੰਨੇ ਨੇ ਇਹ ਕਿੱਥੇ ਜਾ ਰਿਹਾ ਆਪਣੇ ਕੋਲ ਜਾ ਰਿਹਾ ਇਹ 14 ਤੱਕ ਸੋ ਐਸੇ ਲੋਕਾਂ ਦੀ ਗਿਣਤੀ ਸੀ 14 ਤੇ ਜੋ ਕਿ ਬਿਆ ਸੀ ਦੂਜੀ অপਸ਼ਨ ਦੇ ਵਿੱਚ ਤਾਂ ਦੂਜੀ অপਸ਼ਨ ਇਸ ਦੀ ਸਹੀ অপਸ਼ਨ ਸੀ 14 ਅਣੀ ਅੱਗੇ 19ਵਾਂ ਕੁਐਸਚਨ ਸੀ ਜੇਕਰ ਅੰਕਿਤ ਮੁੱਲ x ਅੰਕਿਤ ਮੁੱਲ ਦਿੱਤਾ ਹੋਇਆ ਸੀ ਇਹ ਆਪਾਂ ਨੂੰ ਤੇ ਕਟੋਤੀ ਦਿੱਤੀ ਹੋਈ ਹੈ ਏ ਪ੍ਰਤੀਸ਼ਤ ਤਾਂ ਕਟੋਤੀ ਆਪਾਂ ਪਤਾ ਕਰਨੀ ਸੀ ਇਸ ਕੁਐਸਚਨ ਦੇ ਵਿੱਚ ਸੋ ਆਪਣੇ ਕੋਲ ਕਟੋਤੀ ਪ੍ਰਤੀਸ਼ਤ ਦਾ ਜਿਹੜਾ ਫਾਰਮੂਲਾ ਹੁੰਦਾ ਉਹਨੂੰ ਦੇਖਦੇ ਆਂ ਕਟੋਤੀ ਪ੍ਰਤੀਸ਼ਤ ਹੁੰਦਾ ਹੈ ਕਟੋਤੀ ਅੰਕਿਤ ਮੁੱਲ ਗੁਣ ਸੋ ਹੋਰ ਇਹਦੇ ਵਿੱਚੋਂ ਆਪਾਂ ਇਹਦੀ ਵੈਲਿਊ ਲੱਭਣੀ ਸੀ ਹਾਂਜੀ ਕਟੌਤੀ ਦੀ ਵੈਲਿਊ ਲੱਭਣੀ ਸੀ ਕਟੌਤੀ ਪ੍ਰਤੀਸ਼ਤ ਆਪਾਂ ਦਿੱਤਾ ਹੋਇਆ ਸੀ A ਸੋ ਇੱਧਰ ਆ ਜਾਣਾ ਸੀ ਆਪਣੇ ਕੋਲ A ਬਰਾਬਰ ਆਹ ਜਿਹੜਾ ਆਪਾਂ ਲੱਭਣਾ ਹੈ ਕਟੌਤੀ बटे ਅੰਕਿਤ ਮੁੱਲ ਅੰਕਿਤ ਮੁੱਲ ਉਹਨੇ ਕੀ ਆਇਆ ਸੀ X ਸੋ ਇਹ ਇੱਥੇ ਆ ਜਾਣਾ ਸੀ X ਗੁਣਾ 100 ਹੁਣ ਇਹਦੇ ਵਿੱਚੋਂ ਆਪਾਂ ਦੇਖਦੇ ਹਾਂ ਕਿ ਜਿਹੜਾ x ਐ ਉਹ ਕਟੋਤੀ ਨੂੰ ਕਰਦਾ ਹੋਇਆ ਭਾਗ ਇਹਨੇ ਜਾ ਕੇ ਹੋਣਾ ਸੀ ਉਧਰ ਗੁਣਾ ਸੋ a x ਆ ਸੋ ਇੱਥੇ ਹੋ ਰਿਹਾ ਗੁਣਾ ਇਹਨੇ ਜਾ ਕੇ ਕਰਨਾ ਸੀ ਭਾਗ ਸੋ a x 100 ਆ ਚੀਜ਼ ਬਣਨੀ ਸੀ ਆਪਣੇ ਕੋਲ ਜੋ ਕਿ ਪਿਆ ਸੀ ਕਿਹੜੀ ਆਪਸ਼ਨ ਦੇ ਵਿੱਚ ਦੇਖੀਏ a ਤੇ x ਦੋਨੇ ਉੱਤੇ ਚਾਹੀਦੇ ਸੀ 100 ਚਾਹੀਦਾ ਸੀ ਹੇਠਾਂ a ਤੇ x ਉੱਤੇ ਤੇ 100 ਹੇਠਾਂ ਯਾਨੀ ਕਿ ਤੀਜੀ ਆਪਸ਼ਨ ਆਪਣੀ ਸਹੀ ਆਪਸ਼ਨ ਬਣਨੀ ਸੀ ਕਿਉਂਕਿ ਇਹਦੇ ਵਿੱਚ a ਤੇ x ਉੱਤੇ ਨੇ ਤੇ 100 ਪਿਆ ਹੇਠਾਂ ਸੋ ਤੀਜੀ ਆਪਸ਼ਨ ਇਸ ਦੇ ਲਈ ਸਹੀ ਆਪਸ਼ਨ ਸੀ ਅੱਗੇ ਆਉਂਦੇ ਆ ਲਾਸਟ ਕੁਐਸਚਨ ਜੋ ਕਿ ਸੀ 20ਵਾਂ ਕੁਐਸਚਨ ਟੈਸਟ ਦਾ ਤੁਹਾਡੇ ਦਾ ਇਹਦੇ ਵਿੱਚ ਉਹਨੇ ਇੱਕ ਆਪਾਂ ਨੂੰ ਆਇਤ ਦਿੱਤੀ ਹੋਈ ਸੀ ਗ੍ਰੀਨ ਕਲਰ ਦੀ ਤੇ ਜਿਸ ਦੀ ਲੰਬਾਈ a+b ਕਾਈਆਂ ਤੇ ਚੌੜਾਈ ਦਿੱਤੀ ਹੋਈ ਸੀ a-b ਕਾਈਆਂ ਤਾਂ ਆਪਾਂ ਇਹਦਾ ਖੇਤਰਫਲ ਪਤਾ ਕਰਨਾ ਸੀ ਆਪਾਂ ਨੂੰ ਪਤਾ ਹੈ ਆਇਤ ਦੇ ਖੇਤਰਫਲ ਦਾ ਫਾਰਮੂਲਾ ਹੁੰਦਾ ਹੈ ਲੰਬਾਈ ਗੁਣਾ ਚੌੜਾਈ ਯਾਨੀ ਲੈਂਥ ਇੰਟੂ ਬ੍ਰੈਥ ਸੋ ਇਹਦੀ ਤੇ ਇਹਦੀ ਗੁਣਾ ਹੋ ਜਾਣੀ ਸੀ ਆਪਣੇ ਕੋਲ ਮੀਨਸ a+b ਦੀ ਗੁਣਾ ਕਰਨੀ ਸੀ ਆਪਾਂ a-b ਦੇ ਨਾਲ ਤੇ ਇਦਾਂ ਤਾਂ ਆਪਣੇ ਕੋਲ ਇੱਕ ਤੱਤਸਮਕ ਯਾਨੀ ਕਿ ਆਇਡੈਂਟੀਟੀ ਹੁੰਦੀ ਹੈ ਜਦੋਂ ਇਹਨਾਂ ਦੀ ਗੁਣਾ ਹੋਵੇ ਤਾਂ ਉਹ ਬਰਾਬਰ ਹੁੰਦਾ ਹੈ a ਦੀ 2 b ਦੀ 2 ਦੇ ਤੇ ਇਹਦਾ ਮਤਲਬ a ਦੀ 2 b ਦੀ 2 ਆਪਣਾ ਅੰਤਰ ਬਣਨਾ ਸੀ ਜੋ ਕਿ ਪਿਆਸੀ ਤੀਜੀ অপਸ਼ਨ ਦੇ ਵਿੱਚ ਤਾਂ ਤੀਜੀ অপਸ਼ਨ ਇਸ ਦੇ ਲਈ ਸਹੀ অপਸ਼ਨ ਸੀ ਸੋ ਸਟੂਡੈਂਟਸ ਇਸ ਦੇ ਨਾਲ ਹੀ ਤੁਹਾਡੇ ਨਵੰਬਰ ਵਾਲੇ ਪਿਆਸ ਦੇ ਮੈਥ ਦੇ ਪੇਪਰ ਦਾ ਸੋਲੂਸ਼ਨ ਹੁੰਦਾ ਹੈ ਕੰਪਲੀਟ ਮੈਨੂੰ ਉਮੀਦ ਹੈ ਹੁਣ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਤੁਹਾਡੇ ਕੁਐਸਚਨਸ ਦੇ ਸਹੀ ਆਨਸਰਸ ਕੀ ਸੀ ਤੇ ਇਹਨਾਂ ਨੂੰ ਤੁਸੀਂ ਕਿਵੇਂ ਲੱਭਣਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਹਾਡੇ ਟੈਸਟ ਹੋਣਗੇ ਉਹਨਾਂ ਦੇ ਵਿੱਚ ਤੁਸੀਂ ਇਸ ਸੋਲੂਸ਼ਨ ਤੋਂ ਜ਼ਰੂਰ ਫਾਇਦਾ ਉਠਾਓਗੇ ਵੀਡੀਓ ਚੰਗੀ ਲੱਗੀ ਹੋਈ ਤਾਂ ਇਸ ਨੂੰ ਲਾਈਕ ਕਰਨਾ ਤੇ ਆਪਣੇ ਹੋਰ ਫਰੈਂਡਸ ਤੇ ਸਟੂਡੈਂਟਸ ਨਾਲ ਸ਼ੇਅਰ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕਸ